जा रहे हैं असी जिहड़ी मतलब 5 महीने तो लैके काले कानूनों के खिलाफ असी जिहड़ा ये रोस कर रहे हैं काले कानूनों का। सरकार आपदे हिसाब नाल 26 गणतंत्र जिहड़ा 26 जनवरी मना रही है, किसान ते मतलब आम लोग असी जिहड़े किसान ने इस काले कानूनों नूं विरोध दे विच असी कल नूं ट्रैक्टर परेड कर रहे हैं दिल्ली दीआं सड़कां ते। बहुत वड्डी जोश नाल साडे पंजाब दे विचों जे कह लईए स्टेशन तों वड्डी पद्धर ते कई दिनां तों लै के मतलब किसान आम लोग जा रहे ने खड़ नूं थां नहीं, तुसीं निगाह मार लो स्टेशन ते बाकी आपो अपने वहीकलां दे राहीं लोग जा रहे ने, ट्रैक्टर लैके वड्डी पद्धर ते जा रहे ने, पंजाब चों होर स्टेटां दे विचों भी आ रहे ने। जिवें सरकार आपदे हिसाब नाल 26 जनवरी मनाऊगी, असी जिहड़े किसान आ ट्रैक्टरां दी परेड करके जिहड़ी उदण तों लैके असी इह रणनीति घड़ी हुई है भी असी जिहड़े काले कानून ने इहनां नूं वापस कराउण लई हर एक मतलब संभव जोरतान लावांगे, जिवें कि सरकार ला रही है उधरों असी किसान जथेबंदियां वाले ते साडे नाल आम लोग ने किसान ने असी इहदा मूँह तोड़वां काले कानूनां दा जवाब देवांगे जिन्ना चिर इह रद्द नहीं हुंदे। ਸਾਨੂੰ ਕੋਈ ਵੀ ਪਾਪੜ ਬੇਲਣੇ ਪੈ ਜਾਣ ਚਾਹੇ ਜਿਵੇਂ ਅਸੀਂ ਆ ਕੱਲ ਨੂੰ 26 ਜਨਵਰੀ ਦੇ ਵਿੱਚ ਸ਼ਾਂਤਮਈ ਨਾਲ ਮਤਲਬ ਟਰੈਕਟਰਾਂ ਦਾ ਮਾਰਚ ਕਰ ਰਹੇ ਹਾਂ, ਪਰੇਡ ਕਰ ਰਹੇ ਹਾਂ ਅਤੇ ਵੱਡੀ ਪੱਧਰ 'ਤੇ ਉਦੋਂ ਬਾਅਦ ਜਿਵੇਂ ਵੀ ਕੋਈ ਮਤਲਬ ਇਹ ਕਾਲੇ ਕਾਨੂੰਨ ਜਿਸ ਤਰ੍ਹਾਂ ਵੀ ਵਾਪਸ ਹੋਣਗੇ ਸਾਨੂੰ ਕੋਈ ਵੀ ਢੰਗ ਅਪਣਾਉਣਾ ਪਵੇ ਸਾਡੇ ਲੀਡਰਾਂ ਨੂੰ ਜਿਵੇਂ ਕਹਿਣਗੇ ਉਸੇ ਤਰ੍ਹਾਂ ਹੀ ਅਸੀਂ ਇਹਨਾਂ ਨੂੰ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਤੱਕਰ ਵਾਪਸ ਨਹੀਂ ਮੁੜਾਂਗੇ। ਦਿੱਲੀ ਤੋਂ ਸਾਡੇ ਲੋਕ ਜਾਂਦੇ ਵੱਧ ਤੋਂ ਵੱਧ ਜਾ ਰਹੇ ਨੇ। ਜੋ ਮੋਦੀ ਸਰਕਾਰ ਵੱਲੋਂ ਜਿਹੜੇ 3 ਕਾਲੇ ਕਾਨੂੰਨ ਬਣਾਏ ਗਏ ਨੇ ਉਹਨੂੰ ਰੱਦ ਕਰਨ ਦੀ ਲਗਾਤਾਰ ਪਿਛਲੇ 5 ਮਹੀਨਿਆਂ ਤੋਂ ਜਿਹੜੀਆਂ ਸਾਡੀਆਂ 31 ਕਿਸਾਨ ਜਥੇਬੰਦੀਆਂ ਨੇ ਉਹ ਅਪੀਲ ਕਰ ਰਹੀਆਂ ਸੀ ਮੋਦੀ ਸਰਕਾਰ ਨੂੰ ਅਤੇ ਉਹਦੇ ਖਿਲਾਫ਼ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ, ਪਰ ਉਹ ਸਿਰਫ ਅਡਾਨੀ ਬਾਨੀਆਂ ਦੀ ਜਾਰੀ ਨੂੰ ਪਗਾਉਂਦਾ ਹੋਇਆ ਮੋਦੀ 132 ਕਰੋੜ ਆਬਾਦੀ ਦਾ ਧਿਆਨ ਨਾ ਰੱਖਦਾ ਹੋਇਆ ਉਹ ਅੜਿਆ ਹੋਇਆ ਅੜੀਅਲ ਰਵੱਈਆ ਉਹਨੇ ਅਪਣਾਇਆ ਹੋਇਆ। ਤਾਂ ਅੱਜ 26 ਜਨਵਰੀ ਦੇ ਗਣਤੰਤਰ ਦਿਵਸ ਦੇ ਉੱਤੇ ਜੋ 31 ਜਥੇਬੰਦੀਆਂ ਵੱਲੋਂ ਇਹ ਸੁਨੇਹਾ ਦਿੱਤਾ ਗਿਆ ਕਿ ਦਿੱਲੀ ਦੇ ਵਿੱਚ ਟਰੈਕਟਰ ਪਰੇਡ ਹੋਣੀ ਹੈ, ਤਾਂ ਪਿਛਲੀ 20 ਤਰੀਕ ਤੋਂ ਲਗਾਤਾਰ ਟਰਾਲਿਆਂ ਦੇ ਵਿੱਚ ਇੱਕ ਇੱਕ ਟਰੈਕਟਰ ਦੇ ਮਗਰ 6-6 ਟਰੈਕਟਰ ਇਕੱਠੇ ਕਰਕੇ ਸਾਡੇ ਨੌਜਵਾਨ ਨੇ ਜਿਹੜੇ ਉਹ ਲੱਖਾਂ ਦੀ ਗਿਣਤੀ 'ਚ ਟਰੈਕਟਰ ਲੈ ਕੇ ਦਿੱਲੀ ਦੀ ਬਾਰਡਰ 'ਤੇ ਪਹੁੰਚ ਚੁੱਕੇ ਨੇ। ਅੱਜ ਤੁਸੀਂ ਜੇ ਵੇਖੋਗੇ ਲਗਾਤਾਰ 3 ਦਿਨਾਂ ਤੋਂ 23, 24, 25 ਜਿਹੜੀ ਗੱਡੀ ਹੈ ਜਿੰਨੀ ਉਹਦੀ ਕੰਪੈਸਿਟੀ ਆ ਉਹ ਤੋਂ ਓਵਰ ਜਿਹੜੇ ਸਾਡੇ ਨੌਜਵਾਨ ਨੇ ਉਹ ਆਪਣਾ ਕੰਮ ਧੰਦਾ ਸਮੇਟ ਕੇ ਇਹ ਮਤਲਬ ਕਿ ਸੰਘਣੀ ਧੁੰਦ ਅਤੇ ਬੱਦਲਬਾਜ਼ੀ ਦੇ ਥੱਲੇ ਇਹਦੀ ਨਾ ਪ੍ਰਵਾਹ ਕਰਦੇ ਹੋਏ ਲੱਖਾਂ ਦੀ ਗਿਣਤੀ ਦੇ ਵਿੱਚ ਅਸੀਂ ਅੱਜ ਦਿੱਲੀ ਦੇ ਬਾਰਡਰ 'ਤੇ ਪਹੁੰਚ ਰਹੇ ਹਾਂ ਤਾਂ ਕਿ ਕੱਲ੍ਹ ਨੂੰ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਸ਼ਾਮਲ ਹੋ ਕੇ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਦੇਸ਼ ਦਾ ਕਿਸਾਨ ਹੈ, ਕੋਈ ਅੱਤਵਾਦੀ ਨਹੀਂ, ਕੋਈ ਨਕਸਲੀਆ ਨਹੀਂ, ਅਸੀਂ ਉਹ ਲੋਕ ਹਾਂ ਜਿਹੜੀ ਇੱਕ ਮਿੱਟੀ ਦੇ ਵਿੱਚੋਂ ਇੱਕ ਦਾਣੇ ਦੇ 40 ਦਾਣੇ ਬਣਾ ਕੇ ਪੂਰੇ ਦੇਸ਼ ਦਾ ਅਸੀਂ ਪੇਟ ਭਰਦੇ ਹਾਂ ਅਤੇ ਜੇ ਸਾਡੇ ਨਾਲ ਧੱਕਾ ਹੁੰਦਾ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਅੱਜ ਦਿੱਲੀ ਦੇ ਵਿੱਚ ਪਹੁੰਚੇ ਹਾਂ, ਅਸੀਂ ਪਰੇਡ 'ਚ ਸ਼ਾਮਲ ਹੋਵਾਂਗੇ। ਫਿਰ ਉਹ ਦਿਨ ਦੂਰ ਨਹੀਂ ਹੋਣਗੇ ਕਿ ਮੋਦੀ ਨੂੰ ਜੇ ਅਸੀਂ ਗੱਦੀ ਦੇ ਉੱਪਰ ਬਿਠਾਉਣ ਜਾਣਦੇ ਹਾਂ ਵੋਟਾਂ ਪਾ ਕੇ ਤਾਂ ਉਹਨੂੰ ਲਾਉਣ ਵੀ ਜਾਣਦੇ ਹਾਂ। ਇਸ ਲਈ ਅਸੀਂ ਅਪੀਲ ਕਰਦੇ ਹਾਂ ਮੋਦੀ ਸਰਕਾਰ ਨੂੰ ਕਿ ਉਹ ਸਹੀ ਰਸਤੇ 'ਤੇ ਆਵੇ, ਉਹਨੂੰ ਉਹ ਆਪਦੀ ਅਕਲ ਦਾ ਸਹੀ ਇਸਤੇਮਾਲ ਕਰੇ, ਉਹ ਦਲਾਲੀ ਛੱਡ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਅਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਬਿਨਾਂ ਮਤਲਬ ਤੋਂ ਇਹ 26 ਤਰੀਕ ਨੂੰ ਗਣਤੰਤਰ ਦਿਵਸ ਦੇ ਉੱਤੇ ਰੱਦ ਕਰਨਾ। ਕੋਈ ਸਾਡੇ ਪਿੰਡੋਂ ਪਹਿਲਾਂ ਵੀ ਟਰੈਕਟਰ ਉੱਥੇ ਗਏ ਹੋਏ ਨੇ, ਅਸੀਂ ਦੂਜੀ ਵਾਰ ਜਾ ਰਹੇ ਹਾਂ, ਮੋਦੀ ਸਰਕਾਰ ਦੀਆਂ ਜੜ੍ਹਾਂ ਹਲਿਆ ਦਾਂਗੇ, ਜਾ ਕੇ ਲਾਲ ਕਿਲੇ 'ਤੇ ਵੀ ਜਾਵਾਂਗੇ। ਇਸ ਸਰਕਾਰ ਨੂੰ ਅਸੀਂ ਦੱਸ ਦਿਆਂਗੇ ਵੀ ਕਿਸਾਨਾਂ ਦੇ ਕਿੰਨਾ ਕੁ ਗੁੱਸਾ ਹੈ। ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ ਦੁਬਾਰੇ ਜਾ ਰਹੇ ਹਾਂ, ਪਿੰਡ ਦੇ ਹੋਰ ਵੀ ਬੰਦੇ ਨੇ ਸਾਡੇ ਨਾਲ, ਅਸੀਂ ਮੋਦੀ ਨੂੰ ਦੱਸ ਦਿਆਂਗੇ ਵੀ ਹਾਂ ਕਿਹਦੇ ਨਾਲ ਪੰਗਾ ਲਿਆ ਉਹਨੇ। ਅਸੀਂ ਪੰਜਾਬੀ ਹੁੰਦੇ ਹਾਂ, ਉਹਨੂੰ ਇਹ ਵੀ ਦੱਸ ਕੇ ਆਵਾਂਗੇ। ਗਾਂ ਪਛਾਣ ਨੂੰ ਜੇ ਸਰਕਾਰ ਨੇ ਕਾਨੂੰਨ ਬਣਾਉਣੇ ਆ ਤਾਂ ਉਹ ਕਿਸਾਨਾਂ ਦੀ ਰਾਏ ਲੈਣਗੇ ਪਹਿਲਾਂ, ਅਸੀਂ ਉਹਨਾਂ ਨੂੰ ਪੂਰਾ ਐਨ ਉਹ ਕਰ ਦਿਆਂਗੇ, ਜਾ ਕੇ ਮਜਬੂਰ ਕਰ ਦਿਆਂਗੇ ਉਹਨਾਂ ਕਾਨੂੰਨ ਵਾਪਸ ਲੈਣ ਵਾਸਤੇ। ਇਹ ਜਿਹੜੇ ਕਾਲੇ ਕਾਨੂੰਨ ਸਾਡੇ 'ਤੇ ਥੱਪੇ ਗਏ ਨੇ ਇਹ ਅਸੀਂ ਵਾਪਸ ਕਰਾ ਕੇ ਮੁੜਾਂਗੇ। ਹੁਣ ਅਸੀਂ ਆਪਦਾ ਕੰਮ ਧੰਦਾ ਨਿਬੇੜ ਕੇ ਦੁਬਾਰੇ ਜਾ ਰਹੇ ਹਾਂ ਦਿੱਲੀ ਨੂੰ, ਹੁਣ ਅਸੀਂ ਵਿਹਲੇ ਹਾਂ, ਸਾਨੂੰ ਕੋਈ ਕੰਮ ਨਹੀਂ, ਘਰ ਅਸੀਂ ਸਾਰਾ ਨਿਬੇੜ ਕੇ ਆਏ ਹਾਂ। ਅਸੀਂ ਮੋਦੀ ਸਰਕਾਰ ਦੀਆਂ ਹੁਣ ਜੜ੍ਹਾਂ ਹਲਿਆ ਕੇ ਮੁੜਾਂਗੇ, ਇਹ ਕਾਲੇ ਕਾਨੂੰਨ ਵਾਪਸ ਕਰਾ ਕੇ ਮੁੜਾਂਗੇ। ਘਰ ਅਸੀਂ ਕਹਿ ਕੇ ਆਏ ਜੀ ਆਪਦੇ ਜਵਾਕਾਂ ਨੂੰ ਵੀ ਉੱਥੇ ਕੁਛ ਵੀ ਹੋ ਸਕਦਾ, ਅਸੀਂ ਇੱਦੀ ਦੇਣੀ ਪਈ ਤਾਂ ਦੇਵਾਂਗੇ, ਅਸੀਂ ਪਿੱਛੇ ਨਹੀਂ ਹਟਦੇ। ਹੁਣ ਜਿਹੜੇ ਪਹਿਲਾਂ ਸ਼ਹੀਦ ਹੋ ਗਏ ਉਹਨਾਂ ਨੂੰ ਵੀ ਅਸੀਂ ਸ਼ਰਧਾਂਜਲੀ ਉਹ ਕਰਦੇ ਹਾਂ। ਸਾਨੂੰ ਮਾਣ ਹੈ ਵੀ ਅਸੀਂ ਸ਼ਹੀਦੀਆਂ ਉੱਥੇ ਪਾ ਕੇ ਤਾਂ ਸਾਡੀ ਜਿਹੜੀ ਆਪਦੀ ਉਹ ਹੈ ਲੇਖੇ ਲਾ ਕੇ ਜਨ ਫੇਰ ਮੁੜਾਂਗੇ। ਦੇਸ਼ ਦੀ ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਪਰੇਡ ਜਿਹੜੀ ਕਿਸਾਨਾਂ ਵੱਲੋਂ ਗਣ ਵੱਲੋਂ ਅਸਲੀਅਤ ਦੇ ਵਿੱਚ ਦੇਸ਼ ਦੇ ਗਣ ਵੱਲੋਂ ਆਪਣਾ ਟਰੈਕਟਰ ਲੈ ਕੇ ਹਿੰਦੁਸਤਾਨ ਦੀ ਰਾਜਧਾਨੀ ਦੇ ਵਿੱਚ ਕੱਲ੍ਹ 26 ਨੂੰ ਕੀਤੀ ਜਾ ਰਹੀ ਹੈ। ਅਸੀਂ ਆਪਣੇ ਆਪ ਨੂੰ ਲੱਕੀ ਸਮਝਦੇ ਹਾਂ, ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਅਸੀਂ ਇਹ ਮਹਾਨ ਇਤਿਹਾਸ ਦਾ ਹਿੱਸਾ ਬਣਨ ਜਾ ਰਹੇ ਹਾਂ, ਔਰ ਇਹ ਸਾਫ਼ ਹੈ
कि मोदी सरकार जिहड़ी देश की आजादी साडे शहीदां ने प्राप्त की है वह चन्न पूंजीपतियां नूं गहने रखण की कोशिश कर रहा है, पर साडा हिंदुस्तान का किसान, पंजाब का किसान मोदी सरकार नूं RSS दीआं चालां नूं किसी भी कीमत कामयाब नहीं होण देवेगा। तो असी जिहड़े काले कानून भी वापस करावांगे, साडी देश की जिहड़ी डेमोक्रेसी है वो भी रक्षा करांगे। जय किसान, जय जवान।